ਵਿਦੇਸ਼ਾਂ ਦੇ ਵਿੱਚ ਪੰਜਾਬੀ ਆਪਣਾ ਮਿਹਨਤੀ ਸੁਭਾਅ ਹੀ ਨਹੀਂ ਲੈ ਕੇ ਆਏ, ਸਗੋਂ ਆਪਣਾ ਵਿਰਸਾ, ਆਪਣਾ ਸੱਭਿਆਚਾਰ ਵੀ ਨਾਲ ਲੈ ਕੇ ਆਏ ਨੇ। ਵਿਦੇਸ਼ਾਂ ਦੇ ਵਿੱਚ ਜਗ੍ਹਾ ਜਗ੍ਹਾ ਤੇ ਗਿੱਧੇ ਭੰਗੜੇ ਦੇ ਮੁਕਾਬਲੇ ਹੁੰਦੇ ਨਜ਼ਰ ਆਉਂਦੇ ਨੇ। ਯੂਕੇ ਦੀ ਧਰਤੀ ਤੇ ਵੀ ਯੂਕੇ ਗਿੱਧਾ ਕੰਪੀਟੀਸ਼ਨ 2023 ਟੈਲਫੋਰਡ ਵਿਖੇ ਕਰਵਾਇਆ ਗਿਆ। ਪ੍ਰੀਮ ਵੈਡਿੰਗ ਡੈਕੋਰੇਸ਼ਨ ਮੁਕੇਸ਼ ਅਤੇ ਸੁਨੀਤਾ ਲਾਲ ਮਹਿਮੀ ਦੇ ਵਿਸ਼ੇਸ਼ ਉਪਰਾਲੇ ਨਾਲ ਹੋਏ ਇਹਨਾਂ ਮੁਕਾਬਲਿਆਂ ਵਿੱਚ ਯੂਕੇ ਦੇ 5 ਸ਼ਹਿਰਾਂ ਦੀਆਂ 5 ਟੀਮਾਂ ਨੇ ਹਿੱਸਾ ਲਿਆ। ਇਸ ਗਿੱਧਾ ਮੁਕਾਬਲੇ ਸਮਾਗਮ ਵਿੱਚ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਗਿੱਧਾ ਕਲਾਕਾਰ ਨੂਰ ਜ਼ੋਰਾ ਨੇ ਸ਼ਿਰਕਤ ਕੀਤੀ। ਦਿਨ ਭਰ ਚੱਲੇ ਇਹਨਾਂ ਮੁਕਾਬਲਿਆਂ ਦੌਰਾਨ ਜੱਜਾਂ ਵਜੋਂ ਸੇਵਾਵਾਂ ਨਿਭਾਉਣ ਲਈ ਪ੍ਰਭਜੋਤ ਕੌਰ ਵੜੈਚ, ਕੈਮ ਬਾਸੀ, ਗੁਲਸ਼ਨ ਰੇਡੀਓ ਤੋਂ ਕੁਲਵਿੰਦਰ ਕੌਰ ਹੀਰ, ਪੱਤਰਕਾਰ ਤੇ ਪੇਸ਼ਕਾਰ ਸਰਬਜੀਤ ਢੱਕ ਤੇ ਮਿਸ ਐਂਡ ਮਿਸਿਜ ਇੰਡੀਆ ਯੂਰਪ ਤੇ ਮਿਸ ਯੂਰਪ ਪੰਜਾਬਣ ਦੇ ਫਾਊਂਡਰ ਰਣਜੀਤ ਸਿੰਘ ਧਾਲੀਵਾਲ ਸਵੀਡਨ ਵਿਸ਼ੇਸ਼ ਤੌਰ ਤੇ ਬਿਰਾਜਮਾਨ ਸਨ। ਇਸ ਸਮੇਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਸੰਚਾਲਕ ਸੁਨੀਤਾ ਲਾਲ ਮਹਿਮੀ ਹਾਜ਼ਰ ਨੇ। ਉਹਨਾਂ ਤੋਂ ਪੁੱਛਦੇ ਹਾਂ ਕਿ ਇਸ ਗਿੱਧਾ ਮੁਕਾਬਲੇ ਨੂੰ ਉਲੀਕਣ ਦਾ ਉਹਨਾਂ ਦਾ ਵਿਚਾਰ ਕਿਵੇਂ ਪੈਦਾ ਹੋਇਆ। ਸੁਨੀਤਾ ਜੀ, ਸਾਰਿਆਂ ਤੋਂ ਪਹਿਲਾਂ ਸਤਿ ਸ੍ਰੀ ਅਕਾਲ। ਹੈਲੋ, ਸਤਿ ਸ੍ਰੀ ਅਕਾਲ ਜੀ। ਫਸਟ ਕੁਐਸਚਨ, ਜਿੱਦਾਂ ਤੁਸੀਂ ਕਹਿੰਦੇ ਗਿੱਧਾ ਕੰਪੀਟੀਸ਼ਨ ਕੀ ਸੀ ਤੇ ਇਹਦੀ ਇਹਨੂੰ ਕਰਾਉਣ ਦੀ ਲੋੜ ਕਿਉਂ ਪਈ? ਹਾਂਜੀ ਜੀ, ਗਿੱਧਾ ਕੰਪੀਟੀਸ਼ਨ ਕੀ ਸੀ? ਗਿੱਧਾ ਕੰਪੀਟੀਸ਼ਨ ਇਹ ਯੂਕੇ ਦਾ ਨੈਸ਼ਨਲ ਗਿੱਧਾ ਕੰਪੀਟੀਸ਼ਨ ਸੀ ਤੇ ਇਸ ਨੂੰ ਕਰਾਉਣ ਦੀ ਕਿਉਂ ਜ਼ਰੂਰਤ ਕਿ ਪਈ? ਬਿਕੋਜ਼ ਅਸੀਂ ਕੰਮਾਂ ਕਾਰਾਂ ਵਿੱਚ ਆ ਕੇ ਇੱਥੇ ਇੰਨਾ ਉਂਝਲ ਗਏ ਜਿਹਦੇ ਨਾਲ ਸ਼ਿਫਟਾਂ ਲਾ ਲਾ ਕੇ ਜਿਹੜਾ ਸਾਡਾ ਗਿੱਧਾ ਆ ਉਹ ਫਿਨਿਸ਼ ਤਾਂ ਨਹੀਂ ਕਹਿ ਸਕਦੇ ਪਰ ਥੋੜ੍ਹਾ ਥੋੜ੍ਹਾ ਅਲੋਪ ਹੁੰਦਾ ਜਾ ਰਿਹਾ ਸੀ। ਸੋ ਇਹ ਗਿੱਧਾ ਕੰਪੀਟੀਸ਼ਨ ਕਰਾਉਣ ਦੀ ਲੋੜ ਇਸ ਕਰਕੇ ਪਈ। ਸੋ ਅਸੀਂ ਆਪਣੀ ਯੰਗ ਜਨਰੇਸ਼ਨ ਨੂੰ ਤੇ ਸਾਡੀਆਂ ਜਿਹੜੀ ਓਲਡ ਜਨਰੇਸ਼ਨ ਆ, ਸਾਡੇ ਮਿਡਲ ਏਜ ਜਨਰੇਸ਼ਨ ਆ, ਉਹਨਾਂ ਨੂੰ ਨਾਲ ਜੋੜ ਕੇ ਚੱਲਣਾ ਚਾਹੁੰਦੇ ਹਾਂ ਕਿ ਤਾਂ ਕਿ ਜਿਹੜਾ ਸਾਡੀਆਂ ਮਾਤਾਵਾਂ ਨੂੰ, ਸਾਡੀਆਂ ਭੈਣਾਂ ਨੂੰ ਆਉਂਦਾ ਉਹ ਆਪਣੀਆਂ ਬੱਚੀਆਂ ਨੂੰ ਦੱਸਣ ਤੇ ਇਹ ਗਿੱਧਾ ਕੰਪੀਟੀਸ਼ਨ ਦੀ ਪਰੰਪਰਾ ਅਸੀਂ ਇੱਦਾਂ ਸ਼ੁਰੂ ਰੱਖੀਏ। ਦੂਸਰਾ ਇੱਕ ਗੱਲ ਅਸੀਂ ਹੋਰ ਕਹਿਣਾ ਚਾਹੁੰਦੇ ਹਾਂ, ਈਵਨ ਟੈਲਫੋਰਡ ਦੇ ਵਿੱਚ ਹੀ ਸਾਡੇ ਕੋਲ ਕੋਈ ਟੀਮ ਨਹੀਂ ਸੀ ਜਿਹੜੀ ਕਿ ਅਸੀਂ ਬਣਾਈ, ਵੂਵਮਟਨ 'ਚ ਬਣਾਈ, ਬਾਕੀ ਵੱਖਰੇ ਵੱਖਰੇ ਟੋਰਨਾਂ ਵਿੱਚ ਜਿੱਥੇ ਜਿੱਥੇ ਜ਼ਰੂਰਤ ਪਈ ਬਣਾਈ। ਸੋ ਸਾਡੀ ਕੋਸ਼ਿਸ਼ ਇਹ ਹੈ ਕਿ ਵਨ ਡੇ ਇਹ ਕਿੱਦਾਂ ਕੰਪੀਟੀਸ਼ਨ ਇਹ ਹੋਵੇ ਵੀ ਇਹ ਸਾਨੂੰ ਇੱਕ ਦਿਨ ਸੈਮੀਫਾਈਨਲ ਕਰਨਾ ਪਵੇ ਅਤੇ ਦੂਜੇ ਦਿਨ ਫਾਈਨਲ ਕਰਨਾ ਪਵੇ। ਸਾਡੀ ਕੋਸ਼ਿਸ਼ ਇਹ ਆ ਵੀ ਹਰ ਟੋਰਨ ਤੋਂ ਯੂਕੇ ਦੇ ਤੋਂ ਟੀਮਾਂ ਆਉਣ। ਸੋ ਇਹ ਹੁਣ ਯੂਕੇ ਨੈਸ਼ਨਲ ਕਿੱਦਾਂ ਕੰਪੀਟੀਸ਼ਨ ਆ। ਸੋ ਅਸੀਂ ਸਾਰੀਆਂ ਭੈਣਾਂ ਨੂੰ ਸੱਦਾ ਦਿੰਦੇ ਹਾਂ ਵੀ ਅੱਜ ਤੋਂ ਹੀ ਤਿਆਰੀਆਂ ਆਪਣੀਆਂ ਕਸਰੀਆਂ ਸ਼ੁਰੂ ਕਰ ਲਓ, ਅਗਲੇ ਸਾਲ ਫਿਰ ਇਹ ਕੰਪੀਟੀਸ਼ਨ ਆ ਰਿਹਾ। ਸੰਜੀਤਾ ਜੀ, ਇਹਨਾਂ ਮੁਕਾਬਲਿਆਂ ਦੇ ਵਿੱਚ ਕਿਹੜੀਆਂ ਕਿਹੜੀਆਂ ਟੀਮਾਂ ਨੇ, ਕਿਹੜੇ ਕਿਹੜੇ ਸਥਾਨ ਹਾਸਲ ਕੀਤੇ ਅਸੀਂ ਤੁਹਾਡੇ ਕੋਲੋਂ ਸੁਣਨਾ ਮੁਨਾਸਿਬ ਸਮਝਾਂਗੇ? ਪ੍ਰੀਮ ਵੈਡਿੰਗ ਡੈਕੋਰੇਸ਼ਨ ਨੇ ਯੂਕੇ ਗਿੱਧਾ ਕੰਪੀਟੀਸ਼ਨ ਆਰਗਨਾਈਜ਼ ਕੀਤਾ। ਇਹ ਸਾਡਾ ਸੈਕਿੰਡ ਗਿੱਧਾ ਕੰਪੀਟੀਸ਼ਨ ਸੀਗਾ ਜਿਹਦੇ ਵਿੱਚ ਅਸੀਂ ਯੂਕੇ ਤੋਂ ਡਿਫਰੈਂਟ ਡਿਫਰੈਂਟ ਪਲੇਸਿਸ ਤੋਂ ਟੀਮਾਂ ਆਈਆਂ, ਜਿਹਦਾ ਰਿਜ਼ਲਟ ਸਾਡੇ ਕੋਲ ਜੱਜਿਸ ਦੇ ਅਕੋਰਡਿੰਗ ਸਾਨੂੰ ਮਿਲਿਆ। ਰੇਡੀਓ 5 ਕੋਵੰਟੀ ਤੋਂ ਫਸਟ, ਐਂਡ ਨੱਚ ਮਜੱਜ ਨੇ ਵੂਵਹੈਂਪਟਨ ਸੈਕਿੰਡ, ਐਂਡ ਮਜੱਜਨਾ ਟੈਲਫੋਰਡ ਦੀਆਂ ਥਰਡ, ਐਂਡ ਦੇਸੀ ਇਨ ਲੰਡਨ ਇਜ਼ ਲੰਡਨ ਟੀਮ, ਐਂਡ ਗਿੱਧਾ ਪੰਜਾਬ ਦਾ 5ਵੇਂ ਨੰਬਰ 'ਤੇ ਗਲਾਸਕੋ। ਸੋ ਇਹ ਇਵੈਂਟ ਵਿੱਚ ਸਾਡੇ ਸੈਲੀਬ੍ਰਿਟੀ ਗੈਸਟ ਨੂਰ ਜ਼ੋਰਾ ਜੀ ਸਨ ਜਿਹੜੇ ਕਿ ਇੰਡੀਆ ਤੋਂ ਆਏ ਸਨ ਅਤੇ ਉਹਨਾਂ ਨੇ ਗਿੱਧੇ ਦੀ ਬਾਰੇ ਬਹੁਤ ਕੁਝ ਨੌਲੇਜ ਵੀ ਦਿੱਤੀ ਜਦੋਂ ਸਟੇਜ 'ਤੇ ਰਿਜ਼ਲਟ ਅਨਾਊਂਸ ਕੀਤੇ ਗਏ। ਅਤੇ ਉਹਨਾਂ ਨੇ ਕਿਹਾ ਜੱਜਿਸ ਦੇ ਜਿਹੜੇ ਰਿਜ਼ਲਟ ਉਹਨਾਂ ਦੀ ਜੋ ਉਹਨਾਂ ਨੇ ਓਬਜ਼ਰਵ ਕੀਤਾ ਸੀ ਉਹਦੇ ਅਕੋਰਡਿੰਗ ਹੀ ਸੀਗੇ। ਸੋ ਇਹ ਗਿੱਧਾ ਕੰਪੀਟੀਸ਼ਨ, BBC ਨੇ ਇਸ ਕੰਪੀਟੀਸ਼ਨ ਨੂੰ ਯੂਕੇ ਨੈਸ਼ਨਲ ਗਿੱਧਾ ਇਵੈਂਟ ਦਾ ਨਾਮ ਦਿੱਤਾ। ਸੋ ਅਸੀਂ ਵੈਰੀ ਪ੍ਰਾਊਡ ਫੀਲ ਕਰ ਰਹੇ ਹਾਂ ਕਿ ਇਸ ਇਹ ਗਿੱਧਾ ਕੰਪੀਟੀਸ਼ਨ ਵਿੱਚ ਸਾਰੇ ਯੂਕੇ ਤੋਂ ਡਿਫਰੈਂਟ ਡਿਫਰੈਂਟ ਪਲੇਸਿਸ ਤੋਂ ਟੀਮਾਂ ਆਈਆਂ, ਆਡੀਅੰਸ ਆਈ ਅਤੇ ਕਾਫੀ ਕਰਾਊਡ ਸੀ। ਸੋ ਇਸ ਕੰਪੀਟੀਸ਼ਨ ਨੂੰ ਅਸੀਂ ਇੱਦਾਂ ਅੱਗੇ ਲੈ ਕੇ ਜਾਵਾਂਗੇ ਜੇ ਸਾਡੇ ਨਾਲ ਇੱਦਾਂ ਹੀ ਟੀਮਾਂ ਜੁੜਦੀਆਂ ਰਹਿਣ, ਆਡੀਅੰਸ ਜੁੜਦੀ ਰਹੇ। ਸੋ ਇਸ ਕੰਪੀਟੀਸ਼ਨ ਨੂੰ ਇੱਦਾਂ ਹੀ ਅਸੀਂ ਜਾਰੀ ਰੱਖਾਂਗੇ। ਥੈਂਕ ਯੂ। ਸੋ ਦੋਸਤੋ, ਇਹ ਸਨ ਸਾਡੇ ਬਹੁਤ ਹੀ ਅਜ਼ੀਜ਼ ਸੁਨੀਤਾ ਲਾਲ ਮਹਿਮੀ ਜੀ। ਉਹਨਾਂ ਕੋਲੋਂ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੀਆਂ 5 ਟੀਮਾਂ ਵਿੱਚੋਂ ਪਹਿਲਾ ਸਥਾਨ ਗਿੱਧਾ ਰੇਡੀਓ 5 ਦਾ ਕਵੈਂਟਰੀ, ਦੂਜਾ ਸਥਾਨ ਨੱਚ ਮਜਾਜਣੇ ਵੋਲਵਰਹੈਂਪਟਨ, ਤੀਜਾ ਸਥਾਨ ਮਜਾਜਣਾ ਟੈਲਫੋਰਡ ਦੀਆਂ, ਅਤੇ ਚੌਥਾ ਸਥਾਨ ਦੇਸੀ ਇਨ ਲੰਡਨ ਅਤੇ 5ਵਾਂ ਸਥਾਨ ਗਿੱਧਾ ਪੰਜਾਬ ਦਾ ਗਲਾਸਗੋ ਨੂੰ ਮਿਲਿਆ। 5 ਟੀਮਾਂ ਵਿੱਚੋਂ ਇੱਕ ਇੱਕ ਮੈਂਬਰ ਨੂੰ ਗਿੱਧਿਆਂ ਦੀ ਰਾਣੀ ਸਨਮਾਨ ਵੀ ਭੇਂਟ ਕੀਤਾ ਗਿਆ। ਅਸੀਂ ਅਦਾਰਾ 5 ਦਰਿਆ ਯੂਕੇ ਵੱਲੋਂ ਸੱਭਿਆਚਾਰਕ ਪੇਸ਼ਕਾਰੀ ਲਈ ਜਿੱਥੇ ਟੀਮਾਂ ਨੂੰ
ਵਧਾਈ ਪੇਸ਼ ਕਰਦੇ ਹਾਂ। ਉੱਥੇ ਪ੍ਰਬੰਧਕਾਂ ਨੂੰ ਵੀ ਇਸ ਵੱਡੇ ਤੇ ਵਿਸ਼ੇਸ਼ ਉਪਰਾਲੇ ਲਈ ਹਾਰਦਿਕ ਵਧਾਈ ਪੇਸ਼ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਉਹ ਆਪਣੇ ਇਹਨਾਂ ਉਪਰਾਲਿਆਂ ਨੂੰ ਕਦਮ ਦਰ ਕਦਮ ਅੱਗੇ ਲੈ ਕੇ ਤੁਰਦੇ ਰਹਿਣਗੇ। ਧੰਨਵਾਦ।